ਇਰੇ ਮੋਦੀ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਪਾਸ ਕੀਤੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਮਨੀਮਾਂ ਆਰਥੀਆਂ ਦੇ ਕਾਰੋਬਾਰ ਨੂੰ ਬਹੁਤ ਟਾ ਲਾਉਣਗੇ ਜੇਕਰ ਸੈਂਟਰ ਦੀ ਸਰਕਾਰ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਛੋਟਾ ਵਪਾਰ ਪੰਜਾਬ ਦੇ ਵਿੱਚ ਹਰਿਆਣਾ ਦੇ ਸਾਰੀਆਂ ਸਟੇਟਾਂ ਦੇ ਵਿੱਚ ਖਤਮ ਹੋ ਜਾਊਗਾ ਕਿਉਂਕਿ ਜਿਹੜਾ ਇਹ ਕਾਨੂੰਨ ਕਾਲਾ ਕਾਨੂੰਨ ਤਿੰਨੇ ਕਾਨੂੰਨ ਇਹ ਬਹੁਤ ਮਾਰੀ ਨਹੀਂ ਇਹਨਾਂ ਨੂੰ ਪੜ੍ਹ ਕੇ ਦੇਖਿਆ ਜਾਂਦਾ ਪਤਾ ਲੱਗਦਾ ਜਿਵੇਂ ਕਿ ਸੰਕਟਨ ਸਰਕਾਰ ਮੰਡੀ ਦੇ ਬਾਹਰ ਇੱਕ ਬਾਹਰਲੀ ਮੰਡੀ ਪ੍ਰਾਈਵੇਟ ਮੰਡੀ ਲਾਉਣ ਜਾ ਰਹੀ ਹੈ ਜਿਦੇ ਵਿੱਚ ਨਾ ਕੋਈ ਮਾਰਕੀਟ ਫੀਸ ਤੇ ਨਾ ਆਡੀ ਐਫ ਹੋਵੇ ਪਰ ਵਪਾਰੀ ਜਿਹੜਾ ਪ੍ਰਾਈਵੇਟ ਆਊਗਾ ਉਹ ਅੰਦਰਲੀ ਮੰਡੀ ਤੋਂ ਮਾਲ ਕਿਉਂ ਖਰੀਦੂਗਾ ਉਹ ਤਾਂ ਬਾਹਰਲੀ ਮੰਡੀ ਤੋਂ ਖਰੀਦੂਗਾ ਜਿੱਥੇ ਉਹਨੂੰ 200 ਰੁਪਏ ਕਵਾਂਟਲ ਸਸਤਾ ਮਿਲੂਗਾ ਜਿਹੜਾ ਪੰਜਾਬ ਦਾ ਤੇ ਹਰਿਆਣੇ ਦਾ ਕਿਸਾਨ ਹੈ ਉਹ ਸਾਰਾ ਬੈਠਾ ਬਾਰਡਰ ਹਾਫ ਤੇ ਦਿੱਲੀ ਕਿਹੜੀ ਬੈਠਾ ਹੈ ਉਹ ਚਾਹੇ ਆਪਣਾ ਕੁੰਡਲੀ ਬਾਰਡਰ ਹੋਵੇ ਚਾਹੇ ਉਹ ਟਿਕਰੀ ਬਾਰਡਰ ਹੋਵੇ ਜਾਂ ਕੋਈ ਹੋਰ ਬਾਰਡਰ ਉੱਥੇ ਬੈਠੇ ਨੇ ਉਹ ਮੋਰਚੇ ਲਾਈ ਹੋਏ ਉਹਨਾਂ ਨੇ ਜਿੰਨਾ ਚਿਰ ਉਹ ਉੱਥੇ ਜੰਗ ਜਿੱਤ ਕੇ ਨਹੀਂ ਆਉਂਦੇ ਉਹਨਾਂ ਚਿਰ ਵਾਪਸ ਨਹੀਂ ਉਹਨਾਂ ਨੇ ਆਉਣਾ ਉਹ ਵਾਪਸ ਆਉਣਗੇ ਤਾਂ ਮੰਡੀਆਂ ਦੇ ਵਿੱਚ ਫੇਦਵਾਰੀ ਰੌਣਕਾਂ ਹੋਣਗੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਹੋਣਗੀਆਂ ਤੇ ਤਾਂ ਹੀ ਜਿਹੜਾ ਕੰਮ ਕਾਰੋਬਾਰ ਹੈ ਉਹ ਚੱਲੂਗਾ ਐਸੇ ਗੱਲ ਇਹ ਵੀ ਮੋਦੀ ਸਾਹਿਬ ਨੂੰ ਇਹ ਜਿਹੜੀ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਮੌਨ ਲੈਣੇ ਚਾਹੀਦੀਆਂ ਨੇ ਇਹ ਜਿਹੜੇ ਕਾਨੂੰਨ ਨੇ ਵਾਪਸ ਲੈਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਟੇਬਲ ਤੇ ਬੈਠ ਕੇ ਜਿਸ ਤਰ੍ਹਾਂ ਕੁਝ ਕਿਸਾਨ ਬਹਿ ਜਾਣ ਕੁਝ ਆਪਣੇ ਸੈਂਟਰ ਸਰਕਾਰ ਦੇ ਮੋਦੀ ਸਾਹਿਬ ਜਾਂ ਉਹਨਾਂ ਦੇ ਮਨਤੀ ਸਾਹਿਬ ਆਏ ਬੈ ਕੇ ਦੁਬਾਰਾ ਡਿਸਕਸ ਹੋ ਗਈ ਹੋਰ ਰਵੇਂ ਕਾਨੂੰਨ ਬਣ ਜਾਣ ਜਿਹੜੇ ਕਿ ਸਰਕਾਰ ਵਾਸਤੇ ਅਤੇ ਕਿਸਾਨਾਂ ਦੇ ਹਿੱਤ ਵਿੱਚ ਹੋ